ਮੇਰਾ ਨਿਸ਼ਾਨ ਸਿੰਘ ਆ ਜੀ ਡੇਰੀ ਵਾਲਾ ਅੱਜ ਦੇ ਮੇਲੇ ਬਾਰੇ ਦੱਸੋ ਅੱਜ ਦਾ ਮੇਲਾ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਬੜੇ ਸ਼ਾਹ ਨਾਲ ਸਾਧ ਸੰਗਤਾਂ ਮਨਾ ਰਹੀਆਂ ਨੇ ਇਸ ਸਬੰਧ 'ਚ ਮਨਾਇਆ ਜਾਂਦਾ ਤਨ ਤਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਸਾਡੇ ਇੱਥੇ ਗੁਰੂ ਕੀ ਵਡਾਲੀ ਦੇ ਵਿੱਚ ਸਾਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੇ ਚਰਨਾਂ ਦੇ ਵਿੱਚ ਜਨਮ ਦਿੱਤਾ ਸਾਨੂੰ ਵੀ ਇਹ ਸੇਵਾ ਕਰਨ ਦਾ ਸੁਹਾਗਾ ਪ੍ਰਾਪਤ ਹੋਇਆ ਅਤੇ ਅਸੀਂ ਇਹ ਮੇਲਾ ਸੰਗਤ ਦੇ ਉਤਸ਼ਾਹ ਨਾਲ ਸੰਗਤਾਂ ਬੜੇ ਚਾਵਾਂ ਅਤੇ ਸ਼ਾਹ ਨਾਲ ਮਨਾ ਰਹੀਆਂ ਨੇ ਇਹ ਸੰਗਤ ਦੀਆਂ ਇਹ 3 ਦਿਨ ਮੇਲਾ ਚੱਲਦਾ ਜੀ 5, 6, 7 ਤਰੀਕ ਨੂੰ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਇਲਾਕੇ ਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਪੰਜਾਬ ਦੀਆਂ ਸੰਗਤਾਂ ਬੜੇ ਚਾਵਾਂ ਅਤੇ ਸ਼ਾਹ ਨਾਲ ਮਾਝੇ ਦਾ ਬਹੁਤ ਵੱਡਾ ਮੇਲਾ ਮਨਾਉਂਦੀਆਂ ਨੇ ਮਹਾਨਤਾ ਇਹ ਆ ਜੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਕਿਸੇ ਵੀ ਵਾਰ ਤੋਂ ਕਿਸੇ ਨੂੰ ਵਾਂਝਾ ਨਹੀਂ ਰੱਖਦੇ ਜੋ ਵੀ ਕੋਈ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਆਉਂਦਾ ਹੈ ਬਾਬਾ ਬੁੱਢਾ ਸਾਹਿਬ ਦੀਆਂ ਉਹਦੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ ਖੁਸ਼ੀਆਂ ਦੀਆਂ ਝੋਲੀਆਂ ਭਰਦੇ ਨੇ ਇੱਕ ਅਸੀਂ ਦੇਖ ਰਹੇ ਜੀ ਕਿਸਾਨਾਂ ਦਾ ਚੈਨਲ ਵੀ ਲਾਏ ਨੇ ਤੁਹਾਡੇ ਨੇ ਕਿਸਾਨੀ ਅੰਦੋਲਨ ਹਾਂਜੀ ਇੱਕ ਕਿਸਾਨੀ ਦਾ ਅੰਦੋਲਨ ਵੀ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਜੀ ਲਗਭਗ ਸਾਲ ਤੋਂ ਉੱਤੇ ਸਾਨੂੰ ਹੋ ਗਿਆ ਏ 80 ਦੇ ਲਾਗੇ ਵਸੇ ਅਸੀਂ ਜਾਨਾਂ ਗਵਾ ਚੁੱਕੇ ਹਾਂ ਇਹ ਬੜਾ ਵੱਡਾ ਅੰਦੋਲਨ ਚੱਲ ਗਿਆ ਏ ਇਹ ਸਰਕਾਰਾਂ ਨੂੰ ਇਸ ਅੰਦੋਲਨ ਬਾਰੇ ਸੋਚਣਾ ਚਾਹੀਦਾ ਏ ਸਰਕਾਰਾਂ ਇਸ ਤੇ ਥੋੜ੍ਹੀ ਵੀ ਗੰਭੀਰਤਾ ਨਹੀਂ ਲੈ ਰਹੀਆਂ ਕਿਉਂਕਿ ਸਾਡੀਆਂ ਸ਼ਹੀਦੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਸਰਕਾਰ ਸਾਡੇ ਤੇ ਤਸ਼ੱਦਦ ਕਰਦੀ ਆਉਂਦੀ ਹੈ ਕਦੀ ਸਾਨੂੰ ਹਰਿਆਣੇ ਤਸ਼ੱਦਦ ਕਰਦਾ ਕਦੀ ਸਾਨੂੰ ਲਖਨਪੁਰ ਚ ਤਸ਼ੱਦਦ ਕਰਦਾ ਗੱਡੀਆਂ ਚੜਾ ਕੇ ਸਾਨੂੰ ਕੁਚਲਿਆ ਜਾ ਰਿਹਾ ਏ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਅਸੀਂ ਭਾਵੇਂ 2% ਦੀ ਸੰਖਿਆ ਦੇ ਵਿੱਚ ਹਾਂ 2% ਤੇ ਬੜੀ ਵੱਡੀ ਗੱਲ ਆ ਭਾਵੇਂ ਅਸੀਂ 10 ਸਿੰਘ ਹੀ ਖੜੇ ਹੋ ਜਾਈਏ ਸਰਕਾਰ ਸਾਨੂੰ ਕਿਸੇ ਵੀ ਕੰਮ 'ਚ ਫੇਲ ਨਹੀਂ ਕਰ ਸਕਦੀ ਇਹੀ ਮੋਰਚਾ ਜਿੱਤਾਂਗੇ ਅਵਸ਼ ਜਿੱਤਾਂਗੇ ਕਿਸਾਨੀ ਅੰਦੋਲਨ ਦੇ ਮੋਰਚੇ ਦੀ ਫਤਿਹ ਵਾਸਤੇ ਵੀ ਅਰਦਾਸਾਂ ਕੀਤੀਆਂ ਬਿਲਕੁਲ ਜੀ ਅਸੀਂ ਨਿੱਤ ਰੋਜ਼ ਅੰਮ੍ਰਿਤ ਵੇਲੇ ਵੀ ਅਰਦਾਸ ਕਰਦੇ ਹਾਂ ਹਰ ਗੁਰਦੁਆਰਾ ਸਾਹਿਬ 'ਚ ਹਰ ਸਿੱਖ ਦਾ ਧਰਮ ਬਣਦਾ ਹੈ ਵੀ ਇਹ ਕਿਸਾਨੀ ਅੰਦੋਲਨ ਦੀ ਅਰਦਾਸ ਕਰੇ ਕਿ ਗੁਰੂ ਮਹਾਰਾਜ ਇਹਦੇ ਪਿੱਛੇ ਆਪਣਾ ਹੱਥ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਇਹ ਕਿਸਾਨੀ ਅੰਦੋਲਨ ਨੂੰ ਚਲਾਈ ਰੱਖਣ ਅਤੇ ਸਰਕਾਰਾਂ ਨੂੰ ਬੁੱਧ ਮਤ ਪਾਉਣ ਕਿ ਇਹ ਬੜਾ ਵੱਡਾ ਸਰਕਾਰਾਂ ਨੇ ਸੰਘਰਸ਼ ਚਲਾਤਾ ਹੈ ਇਹ ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਇਸ ਇਹ ਇੱਕ ਇਕੱਲਾ ਕਿਸਾਨੀ ਦਾ ਨਹੀਂ ਇਹਦੇ ਨਾਲ ਮਜ਼ਦੂਰ ਵੀ ਮਰਨਾ ਹੈ ਦੁਕਾਨਦਾਰ ਵੀ ਮਰਨਾ ਹੈ ਇਹ ਬਹੁਤ ਵੱਡੇ ਪੱਧਰ 'ਤੇ ਸਾਡੇ ਪੰਜਾਬ ਦਾ ਨੁਕਸਾਨ ਹੋਣਾ ਹੈ ਪਰ ਅਸੀਂ ਇਸ ਨੂੰ ਵਾਪਸ ਨਹੀਂ ਆਉਣ ਦਿਆਂਗੇ ਅਸੀਂ ਇਸ ਸੰਘਰਸ਼ ਨੂੰ ਜਿੱਤ ਕੇ ਹੀ ਆਪਣੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਦੱਸ ਚੁੱਕੇ ਹਾਂ ਭਾਵੇਂ ਸਾਡੀਆਂ ਸ਼ਹੀਦੀਆਂ ਜਿੰਨੀਆਂ ਮਰਜ਼ੀ ਹੋ ਜਾਣਾ ਅਸੀਂ ਸਰਕਾਰਾਂ ਕਹਿੰਦੀਆਂ ਨੇ ਸਾਨੂੰ ਤੁਸੀਂ 2% ਜੇ 2% ਤਾਂ ਬੜੀ ਦੂਰ ਦੀ ਗੱਲ ਆ ਹਾਲੀ 10 ਸਿੱਖ ਵੀ ਰਹਿ ਜਾਈਏ ਧਰਤੀ 'ਤੇ ਤਾਂ ਵੀ ਅਸੀਂ ਇਹ ਅੰਦੋਲਨ ਕਾਮਯਾਬ ਨਹੀਂ ਹੋਣ ਦੇਣਾ ਅੰਦੋਲਨ ਜਿੱਤਣਾ ਹੈ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਣਾ ਜਿਹੜੀਆਂ ਗੱਲਾਂ ਕਹਿੰਦਾ ਸਮਾਂ ਦਾ ਜਾਪਣਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜੀ ਆਪਣਾ ਨਾਮ ਮੇਰਾ ਨਾਮ ਪ੍ਰਿਤਪਾਲ ਸਿੰਘ ਜੀ ਬੜਾਇਆ ਜੀ ਵਾਹਿਗੁਰੂ ਜੀ ਹਾਂਜੀ ਅੱਜ ਦੇ ਮੇਲੇ ਬਾਰੇ ਕੀ ਅੱਜ ਦੇ ਮੇਲੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਬਾਬਾ ਬੁੱਢਾ ਸਾਹਿਬ ਜੀ ਦਾ ਅਗਲਾ ਜੋੜ ਮੇਲਾ ਇਹ 5, 6 ਅਤੇ 7 ਨੂੰ ਮਨਾਇਆ ਜਾਂਦਾ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਵੀਰ ਜੀ ਆਪਣਾ ਅੱਜ ਸਾਡੇ ਕੋਲ ਗ੍ਰਾਈ ਨੂੰ ਟਾਈਮ ਨਹੀਂ ਸੀ ਲੱਗਾ ਸੰਗਤਾਂ ਨੇ ਇੰਨਾ ਸੰਯੋਗ ਦਿੱਤਾ ਵੀ ਆਪ ਹੀ ਖੁਦ ਆਣ ਕੇ ਜੋ ਰਸਤਾ ਜੋ ਮਾਇਆ ਆਪ ਖੁਦ ਆਣ ਕੇ ਸਾਨੂੰ ਇਹ ਮਹਾਰਾਜ ਦੇ ਹਿੱਸਾ ਪਾਇਆ ਵਾ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜੀ ਪ੍ਰਬੰਧ ਬਹੁਤ ਵਧੀਆ ਕੀਤੇ ਜੀ ਅਸੀਂ ਹਰ ਸਾਲ ਵਿੱਚ ਯਾਨੀ ਕਿ ਸਾਡਾ ਪ੍ਰੋਜੈਕਟ 8-9 ਲੱਖ ਰੁਪਏ ਦਾ ਪ੍ਰੋਜੈਕਟ ਹੁੰਦਾ ਸਾਡਾ ਅਤੇ ਸਾਰੀ ਸੰਗਤ ਦੇ ਸੰਯੋਗ ਨਾਲ ਗੁਰੂ ਕੀ ਵਡਾਲੀ ਦੇ ਸੰਯੋਗ ਨਾਲ ਛਾੜਾ ਸਾਹਿਬ ਦੀ ਸੰਗਤ ਦੀ ਸੰਯੋਗ ਨਾਲ ਜਿੰਨੀਆਂ ਕਲੋਨੀਆਂ ਬੜੇ ਉਤਸ਼ਾਹ ਨਾਲ ਸੇਵਾ ਅਤੇ ਮਾਇਆ ਦੀ ਸੇਵਾ ਕਰਦੇ ਨੇ ਕਿੰਨੇ ਦਿਨ ਚੱਲਦਾ ਜੀ ਇਹ ਵਾਹਿਗੁਰੂ ਜੀ 3 ਦਿਨ ਦਾ ਮੇਲਾ ਜੀ ਲੰਗਰ ਭੰਡਾਰੇ ਚੱਲਦੇ ਹਾਂ ਦਿਨ ਰਾਤ ਚੱਲਦੇ ਵਾਹਿਗੁਰੂ 2 ਰਾਤਾਂ 3 ਦਿਨ ਦਾ ਚੱਲਦਾ ਜੀ ਇਹ 3 ਅੱਜ ਦੀ ਚੱਲੀਆਂ ਪੂੜੀਆਂ ਛੋਲੇ ਆਦਿਕ ਖੀਰ ਕੱਲ੍ਹ ਚੱਲਣਗੇ ਜਲੇਬ ਹੋਰ ਹੀ ਸਦਕਾਂ ਜਰਦਾ ਵਗੈਰਾ ਸਭ ਕੁਛ ਸ਼ਾਹੀ ਹਾਂਜੀ ਸੰਗਤਾਂ ਨੂੰ ਮੈਂ ਕਹਿੰਦਾ ਵੀ ਵੱਧ ਸਾ ਕੇ ਤਾਂ ਮਹਾਰਾਜ ਕਿਰਪਾ ਕਰੇ ਵੱਧ ਚੜ੍ਹ ਕੇ ਆਪ ਹੀ ਸੇਵਾ ਆਪ ਹੀ ਮਹਾਰਾਜ ਬਾਬਾ ਬੁੱਢਾ ਸਾਹਿਬ ਆਪ ਹੀ ਖੁਸ਼ੇ ਲੁੱਟ ਲਿਆ ਕਰੋ ਮਾਝੇ ਦਾ ਸਭ ਤੋਂ ਵੱਡਾ ਮੇਲਾ ਜੀ ਇਹ ਤਾਂ ਕਿਵੇਂ ਹਾਲਾਤ ਸਰਕਾਰਾਂ ਵੱਲੋਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਸੰਯੋਗ ਮਿਲਦਾ ਜੀ ਪ੍ਰਸ਼ਾਸਨ ਨੂੰ ਵੀ ਕੋਈ ਨਹੀਂ ਸੰਯੋਗ ਮਿਲਦਾ ਅਸੀਂ ਹਾਲ ਅੱਕ ਕੇ ਧਰਨੇ ਲਾ ਕੇ ਵੇਖਦੇ ਵੀ ਆਹ ਸੜਕ ਟੁੱਟੀ ਆ ਕੋਈ ਸੜਕ ਵੱਲ ਨਹੀਂ ਧਿਆਨ ਕਰਦਾ ਜੇ ਕੋਈ ਇਲਾਕੇ ਦਾ ਕੋਈ ਕੰਮ ਕੋਈ ਵੀ ਆ ਤਾਂ ਕੁਛ ਵੀ ਨਹੀਂ ਸੁਣਾਈ ਹੁੰਦੀ ਜੇ ਤਾਂ ਭਾਈ ਗੋਦਾਮ ਲਾਗੇ ਗੋਦਾਮਾਂ ਦੀ ਇੰਨੀ ਸਾਰੇ ਇਲਾਕੇ ਨੂੰ ਸਾਡੀ ਸੁਸਰੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਾ ਯਾਨੀ ਕਿ ਬਹੁਤ ਮੰਦਾ ਹਾਲ ਹੈ